ਮਾੜਾ ਮੋਟਾ ਲੈਸ ਵੀ ਕਰ ਲਵਾਂਗੇ ਉਸ ਲਿਆ ਯਾਰ ਮੈਂ ਤਾਂ ਤੇਰਾ ਫਾਇਦਾ ਹੀ ਬੜਾ ਕਰਦਾ ਤੂੰ ਹੋਰ ਕੋਈ ਨਾ 50000 ਰਹਿ ਜਾਂਦਾ ਨਹੀਂ ਨਹੀਂ ਉਹ ਇਹ ਇਕੱਠਾ ਲੈ ਸੱਜ ਕੇ ਆ ਫੜ ਲ ਕੋਈ ਲਿਆ ਲਿਆ ਦੇਣਾ ਜੇ ਭਾਜੀ ਇਕੱਠਾ ਲੈ ਨਹੀਂ ਪੜਦਾ ਲੋਕਾਂ ਦੀ ਸੁਰੱਖਿਆ ਕਰਨ ਵਾਲੀ ਪੰਜਾਬ ਪੁਲਿਸ ਅਕਸਰ ਹੀ ਆਪਣੀਆਂ ਹਰਕਤਾਂ ਕਰਕੇ ਸੁਰਖੀਆਂ ਵਿੱਚ ਰਹਿੰਦੀ ਹੈ ਤਾਜ਼ਾ ਮਾਮਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅਧੀਨ ਪੈਂਦੀ ਪੁਲਿਸ ਚੌਂਕੀ ਕਿੱਲਿਆਂਵਾਲਾ ਦੀਆਂ ਨੇ ਪੂਰਾ ਮਾਮਲਾ ਸਮਝਣ ਤੋਂ ਪਹਿਲਾਂ ਆਓ ਤੁਹਾਨੂੰ ਰਿਸ਼ਵਤਖੋਰ ਪੁਲਿਸ ਵਾਲੇ ਦੀ ਇੱਕ ਵੀਡੀਓ ਦਿਖਾਉਂਦੇ ਹਾਂ ਵਧੀਆ ਉਹ ਤਾਂ ਤੁਹਾਨੂੰ ਵੀਡੀਓ ਆਨਲਾਈਨ ਹੀ ਦਿਖਾਤਾ ਸੀਗਾ ਜੀ ਉਹ ਤੁਹਾਨੂੰ ਦੱਸਿਆ ਸੀਗਾ ਮੈਨੂੰ ਤਾਂ ਪਤਾ ਹੀ ਨਹੀਂ ਇੰਨਾ ਧਿਆਨ ਨਹੀਂ ਕੀਤਾ ਗਾ ਮੈਂ ਆਹਦਾ ਸੀਗਾ ਜੀ ਤੁਹਾਨੂੰ ਕੁਛ ਨਾ ਕੁਛ ਤਾਂ ਹੈਗਾ ਜਾਂ ਏ ਟੀ ਐਮ 'ਚ ਜਾਇਆ ਉਹਨਾਂ ਮੈਂ ਹੁਣੇ ਲਿਆ ਖੜ ਜਾਓ ਇੱਕ ਮਿੰਟ ਇੱਕ ਮਿੰਟ ਮਾੜਾ ਮੋਟਾ ਲੈਸ ਵੀ ਕਰ ਲਵਾਂਗੇ ਉਸ ਲਿਆ ਯਾਰ ਮੈਂ ਤਾਂ ਤੇਰਾ ਫਾਇਦਾ ਹੀ ਬੜਾ ਕਰਦਾ ਤੂੰ ਹੋਰ ਕੋਈ ਨਾ 50000 ਰਹਿ ਜਾਂਦਾ ਨਹੀਂ ਨਹੀਂ ਉਹ ਕਰ ਇਹ ਇਕੱਠਾ ਲੈ ਸੱਜ ਕੇ ਆ ਫੜ ਲ ਕੋਈ ਲਿਆ ਲਿਆ ਦੇਣਾ ਜੇ ਭੱਜ ਇਕੱਠਾ ਲੈ ਨਹੀਂ ਪੜਦਾ ਦੱਸ ਭੈੜੇ ਨੂੰ ਤਾਂ ਕੀ ਆ ਜਦ ਤੂੰ ਭੱਜ ਕੇ ਹੋ ਚੱਲ ਭੱਜ ਕੇ ਬੈਠਾ ਮੈਂ ਉਹਨਾਂ ਚੱਕਰ ਮੈਂ ਚੱਲ ਕੇ ਯਾਦ ਕਰਦਾ ਚਲੋ ਮੇਰਾ ਦੇ ਤੂੰ ਮੇਰਾ ਦੇ ਦੇ ਸਦਾ ਲੈ ਜੀ ਮੈਂ ਤੁਹਾਡਾ ਕਹੀ ਆ ਨਾ ਜੀ ਧੰਨਵਾਦ ਜਾ ਭੱਜ ਠੀਕ ਹੈ ਜਾ इस वीडियो विच जिहड़ा पुलिस वाला नज़र आ रहा है वह पुलिस चौकी किलियां वाला दा ASI है वीडियो बनाउण वाला शख्स पिंड वड़िंग वासी गुरप्रीत सिंह है गुरप्रीत सिंह खिलाफ थाना लंबी विच एक परचा दर्ज किया गया इस परचे विच उसका नाम कटवाउण लई ASI ने गुरप्रीत सिंह तो 10,000 रुपए की रिश्वत मंगी सी गुरप्रीत सिंह ने रिश्वतखोर पुलिस मुलाजम की वीडियो बना के पंजाब सरकार वालों जारी किए एंटी करप्शन नंबर उत्ते भेज दिती है मैं गुरदीप सिंह जी ਮਤਲਬ ਪਿੰਡ ਦੇ ਵਿੱਚ ਕੋਈ ਨੁਕਸਾਨ ਹੋਇਆ ਸੀਗਾ ਜੀ ਮਤਲਬ ਕਿਸੇ ਦੀ ਕਣਕ ਦਾ ਅਤੇ ਉਹਨਾਂ ਨੇ ਮੇਰੇ ਸ਼ੱਕ ਦੇ ਆਧਾਰ 'ਤੇ ਮਤਲਬ ਕੇਸ ਕੀਤਾ ਹਰਜੀਤ ਸਿੰਘ ASI ਕੋਲ ਮੈਂ ਗਿਆ ਉਹ ਕਹਿੰਦਾ ਮਤਲਬ ਤੇਰੇ 'ਤੇ ਮੁਕੱਦਮਾ ਦਰਜ ਹੋ ਜੂਗਾ ਜਾਂ ਤਾਂ ਪੈਸੇ ਦੇ ਦੇ ਫਿਰ ਤਾਂ ਨਹੀਂ ਹੋਣਾ ਗਾ ਅਤੇ ਜਦੋਂ ਮੈਂ ਉਹਦੀ ਮੁਕੱਦਮਾ ਦਰਜ ਕਰਤਾ ਮੈਂ ਸੈਸ਼ਨ ਕੋਰਟ ਤੋਂ ਬੇਲ ਕਰਵਾ ਲਈ ਸੀਗੀ ਬੇਲ ਬਾਅਦ ਮਤਲਬ ਉਹਨਾਂ ਕੋਲ ਭਰਵਾਉਣ ਵਾਸਤੇ ਗਿਆ ਉਹਨੇ 10,000 ਰੁਪਏ ਦੀ ਮੇਰੇ ਤੋਂ ਮੰਗ ਕੀਤੀ ਕਹਿੰਦਾ 10,000 ਰੁਪਏ ਦੇ ਦੇ ਤੁਹਾਡੀ ਜਮੈਨਿੰਗ ਕਰ ਲੂੰਗਾ ਜੀ ਹਾਂਜੀ ਉਸ ਤੋਂ ਬਾਅਦ ਜੀ ਮਤਲਬ ਮੈਂ ਇੱਕ ਦੋ ਵਾਰੀ ਉਹਨਾਂ ਨੂੰ ਆਉਂਦਾ ਰਿਹਾ ਮੈਂ ਕਿਹਾ ਜੀ ਕੋਈ ਗੱਲ ਨਹੀਂ ਚੱਲ ਕੋਈ ਗੱਲ ਨਹੀਂ ਫਿਰ ਮੈਂ ਇਸ ਦੇ ਵਿੱਚ ਵੀਡੀਓ ਬਣਾ ਕੇ ਜੀ ਫਿਰ ਮੈਂ ਵੀਡੀਓ CM ਭਗਵੰਤ ਮਾਨ ਕੋਲ ਕੀਤੀ ਜੀ ਲਿੰਕ 'ਚ ਹਾਂਜੀ ਕਦੋਂ ਸਟ੍ਰਿੰਗ ਕੀਤਾ ਤੁਸੀਂ ਤੇ ਕਦੋਂ ਕੀਤੀ ਇਹ ਮਤਲਬ 31 ਮਾਰਚ ਤਕਰੀਬ 3 ਵਜੇ ਦਾ ਟਾਈਮ ਸੀਗਾ ਜੀ ਉਦੋਂ ਵੀਡੀਓ ਬਣੀ ਹੋਈ ਹੈ ਹਾਂਜੀ ਇਹ ਵੀਡੀਓ ਹੈ ਕਿੱਥੋਂ ਦੀ ਇਹ ਕਿੱਲਿਆਂ ਵਾਲੀ ਚੌਂਕੀ ਦੀ ਹੈ ਜੀ ਚੌਂਕੀ ਦੇ ਵਿੱਚ ਹਾਂਜੀ 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 ਹਰਜੀਤ ਸਿੰਘ ASI ਸੀਗਾ ਕਿੱਲਿਆਂ ਵਾਲੀ ਚੌਂਕੀ ਦੀ ਹੈ ਜੀ ਪੈਸੇ ਮੰਗੇ ਕਿੰਨੇ ਸੀ ਉਹਨੇ ਦੇ ਕੀ ਉਹਨੇ 10,000 ਰੁਪਏ ਮੰਗਿਆ ਸੀਗਾ ਜੀ ਪਹਿਲਾਂ ਉਹਨਾਂ ਨੇ ਪਹਿਲਾਂ 10,000 ਰੁਪਏ ਮੰਗਿਆ ਮੁਕੱਦਮਾਦਾਰਾਂ ਤੋਂ ਕਰਨ ਤੋਂ ਪਹਿਲਾਂ ਵੀ 10,000 ਰੁਪਏ ਦੇ ਦੇ ਨਹੀਂ ਤੇਰੇ 'ਤੇ ਮੁਕੱਦਮਾ ਦਰਜ ਹੋ ਜੂਗਾ ਉਹਨਾਂ ਨੇ ਮੈਂ ਪੈਸੇ ਨਹੀਂ ਦਿੱਤੇ ਠੀਕ ਹੈ ਉਹਨਾਂ ਨੇ ਮੇਰੇ 'ਤੇ ਮੁਕੱਦਮਾ ਦਰਜ ਕਰਤਾ ਮੁਕੱਦਮਾ ਜਦੋਂ ਮੈਂ ਉਹਦੀ ਸੈਸ਼ਨ ਕੋਰਟ ਤੋਂ ਵੇਲ ਕਰਵਾਈ ਜਦੋਂ ਮੈਂ ਜਮੈਨਿੰਗ ਕਰਨ ਵਾਸਤੇ ਭਰਾਉਣ ਗਿਆ ਉੱਥੇ ਉਹ ਕਹਿੰਦਾ ਮਤਲਬ ਪੈਸੇ ਦੇ ਦੇ ਅਤੇ ਤੇਰੀ ਜਮਾਨਤ ਭਰਵਾ ਲੂੰਗਾ ਮੈਂ ਅਤੇ ਫਿਰ ਮੈਂ ਉਹਨਾਂ ਨੂੰ ਇੱਕ ਦੋ ਵਾਰੀ ਜਾਂਦਾ ਰਿਹਾ ਉਹਨਾਂ ਕੋਲ ਮੈਂਬਰ ਮੇਰੇ ਫਾਦਰ ਸਾਹਿਬ ਨੂੰ ਲੈ ਕੇ ਉਹ ਕਹਿਣ ਲੱਗੇ ਕਹਿੰਦੇ ਮਤਲਬ ਸਾਈਡ 'ਤੇ ਕਰਕੇ ਮੈਨੂੰ ਪੈਸੇ ਦੇ ਦੇ ਤੇਰੀ ਜਮਾਨਤ ਭਰਵਾ ਲੂੰਗੀ ਹਾਂਜੀ ਕਿੰਨੇ ਦਿਨ ਇਹ ਲਾਰੇ ਲਾਉਂਦਾ ਰਿਹਾ ਇਹਨਾਂ ਨੇ ਮੈਨੂੰ ਤਕਰੀਬ 8-10 ਦਿਨ ਲਾਰੇ ਲਾਏ ਆ ਜੀ ਹਾਂਜੀ ਫਿਰ ਤੁਸੀਂ ਇਹ ਜਿਹੜਾ ਭਗਵੰਤ ਮਾਨ ਮੁੱਖ ਮੰਤਰੀ ਹਾਂਜੀ ਇਹਨਾਂ ਕੋਲ CM ਸਾਹਿਬ ਕੋਲ ਮੈਂ ਫਿਰ ਵੀਡੀਓ ਸ਼ੇਅਰ ਕੀਤੀ ਹੈ ਜੀ ਹਾਂਜੀ ਤੁਸੀਂ ਵੀਡੀਓ ਸ਼ੇਅਰ ਕੀਤੀ ਕਿੰਨੇ ਚਿਰ ਬਾਅਦ ਐਕਚੁਅਲ ਹੋ ਗਿਆ ਉਹ ਤਾਂ ਜੀ ਮਤਲਬ ਦੂਜੇ ਦਿਨ ਹੀ ਬਾਅਦ ਹੋ ਗਿਆ ਸੀਗਾ ਜੀ ਹਾਂਜੀ ਹੁਣ ਇਹਦੇ ਖਿਲਾਫ ਕੀ ਕਾਰਵਾਈ ਹੋਈ ਇਹਦੇ ਖਿਲਾਫ ਮੁਕੱਦਮਾ ਦਰਜ ਹੈ ਜੀ ਇਹਦੇ 'ਤੇ ਠੀਕ ਹੈ ਮਤਲਬ ਹਾਂਜੀ ਅਰੈਸਟ ਕਰਨਾ ਇਹਨੂੰ ਨਹੀਂ ਹਜੇ ਤੱਕ ਨਹੀਂ ਅਰੈਸਟ ਕੀਤਾ ਜੀ ਇਹਨੂੰ ਹਾਂਜੀ ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਕਿਉਂਕਿ ਬਦਲ ਗਿਆ ਸੂਬੇ ਦੀ ਜਿਹੜੀ ਸੱਤਾ ਬਦਲ ਗਈ ਹੈ ਹਾਂਜੀ ਮਤਲਬ ਮੈਂ ਇਹੀ ਕਹਿਣਾ ਚਾਹੁੰਦਾ ਮਤਲਬ ਜਿਹੜੇ ਵੀ ਬੰਦੇ ਆ ਜਿਹੜੇ ਵੀ ਮਤਲਬ ਇਸ ਲੁੱਟ 'ਤੇ ਕਰਦੇ ਇਹ ਬੰਦਿਆਂ ਕਰਕੇ ਪੰਜਾਬ ਪੁਲਿਸ ਦਾ ਮਤਲਬ ਨਾਂ ਬਦਨਾਮ ਹੋ ਰਿਹਾ ਠੀਕ ਹੈ ਇਹਨੂੰ ਜੋ ਸਜ਼ਾ ਬਣਦੀ ਕਾਰਵਾਈ ਇਹਦੇ 'ਤੇ ਕੀਤੀ ਜਾਵੇ ਠੀਕ ਹੈ ਮਤਲਬ ਜੋ ਵੀ ਮਤਲਬ ਝੂਠੇ ਨਜਾਇਜ਼ ਪਰਚੇ ਕਰਦੇ ਆ ਠੀਕ ਹੈ ਜੋ ਵੀ ਇਹਨਾਂ ਦਾ ਹੈਗਾ ਲਗਵਾਰੀ ਕਰਕੇ ਅਤੇ ਇਹਨਾਂ ਨੂੰ ਮਤਲਬ ਕੀਤਾ ਜਾਵੇ ਜਿਹੜੀ ਤੁਸੀਂ ਵੀਡੀਓ ਬਣਾਈ ਹੈ ਉਹਦੇ ਵਿੱਚ ਕੀ ਕਹਿ ਰਿਹਾ ਤੁਹਾਨੂੰ ਇਹ ਮੈਨੂੰ ਐਂ ਹੀ ਕਹਿ ਰਿਹਾ ਜੀ ਮਤਲਬ ਸਾਈਡ 'ਤੇ ਪਹਿਲਾਂ ਇਹਨਾਂ ਨੇ ਬੁਲਾਇਆ ਜੀ ਮੈਨੂੰ ਇਹਨੂੰ ਬੁਲਾ ਕੇ ਮੇਰੇ ਤੋਂ ਇਹਨਾਂ ਨੇ ਪੈਸੇ ਮੰਗੇ 10,000 ਰੁਪਇਆ
ਇਹ ਕਹਿੰਦੇ ਮੈਂ ਤਾਂ ਮਤਲਬ ਤੁਹਾਨੂੰ ਭਰਾਵਾਂ ਦੇ ਤੌਰ 'ਤੇ 10,000 ਰੁਪਏ ਮੰਗ ਰਿਹਾ ਜੇ ਕੋਈ ਹੋਰ ਹੁੰਦਾ ਤਾਂ ਕਹਿੰਦਾ ਉਹਨੇ ਤੁਹਾਡੇ ਤੋਂ 50,000 ਰੁਪਏ ਮੰਗਣਾ ਸੀ। ਹਾਂਜੀ ਤੁਹਾਨੂੰ ਪੈਸੇ ਕਢਾਉਣ ਲਈ ਵੀ ਕਹਿ ਰਿਹਾ? ਹਾਂਜੀ ਮੈਨੂੰ ਕਿਹਾ ਸੀਗਾ ਮਤਲਬ ਮੈਂ ਉਹਨੇ ਕਾਗਜ਼ ਤਿਆਰ ਕਰਦਾ ਤੂੰ ਜਲਦੀ ਤੋਂ ਜਲਦੀ ਪੈਸੇ ਕਢਵਾ ਲਿਆ। ਮੈਂ ਪੈਸੇ ਕਢਵਾਉਣ ਨਹੀਂ ਗਿਆ, ਮੈਂ ਕੁਝ ਪੈਸੇ ਦੇ ਵੀ ਰਿਹਾ ਸੀਗਾ, ਇਹਨਾਂ ਨੇ ਪੈਸੇ ਨਹੀਂ ਫੜੇਗੇ। ਮੈਂ ਕਿਹਾ ਚਲੋ ਮੇਰੀ ਜ਼ਮਾਨਤ 'ਤੇ ਲੈ ਲਏ ਅਤੇ ਮੈਂ ਕੁਛ ਨਾ ਕੁਛ ਕਰ। ਮੈਂ ਇਹਨਾਂ ਨੂੰ 1,000 ਰੁਪਈਆ ਫੜਾਉਂਦਾ ਸੀਗਾ। ਇਹ ਮਤਲਬ 10,000 ਦੀ ਮੰਗ ਕਰਦੇ ਸੀ, ਕਹਿੰਦੇ ਇੰਨਾ ਛੋਟਾ ਭੈੜਾ ਲੱਗਦਾ ਜੀ ਮੈਂ 1,000 ਰੁਪਈਆ ਫੜਦਾ ਤਾਂ। ਹਾਂਜੀ ਪੂਰਾ ਪੂਰੇ ਪੇਮੈਂਟ? ਹਾਂ ਪੂਰੇ 10,000 ਰੁਪਈਆ ਲੈ ਕੇ ਆ ਅਤੇ ਤੇਰੀ ਫੇਰ ਜ਼ਮਾਨਤ ਉਹ ਕਰਵਾ ਲਓ। ਨਹੀਂ ਜੀ ਮੈਂ ਨਹੀਂ ਲੈ ਕੇ ਆਇਆ, ਮੇਰੀ ਜ਼ਮਾਨਤ ਹਜੇ ਵੀ ਮਤਲਬ ਪੈਂਡਿੰਗ ਪਈ ਹੈ ਜੀ ਭਰਵਾਈ ਨੇ। ਹਾਂਜੀ ਜਿਹੜੀ ਮੇਰੀ ਫਾਈਲ ਹੈ ਇਹਨਾਂ ਕੋਲ ਆ, ਹਰਜੀਤ ਸਿੰਘ ASI ਕੋਲ। ਮਾਮਲੇ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ASI ਵੱਲੋਂ ਰਿਸ਼ਵਤ ਲੈਣ ਦੀ ਸ਼ਿਕਾਇਤ ਮਿਲੀ ਸੀ। ਜਾਂਚ ਮਗਰੋਂ ਪੀੜਿਤ ਦੀ ਸ਼ਿਕਾਇਤ ਸਹੀ ਪਾਈ ਗਈ ਅਤੇ ਮੁਲਜ਼ਮ ASI ਖਿਲਾਫ਼ ਬਠਿੰਡਾ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ। ਗੁਰਦੀਪ ਸਿੰਘ ਪਿੰਡ ਬੜਿੰਗਖੇੜੇ ਤੋਂ ਇੱਕ ਪੰਜਾਬ ਸਰਕਾਰ ਦੇ ਐਂਟੀ ਕਰਪਸ਼ਨ ਹੈਲਪਲਾਈਨ 'ਤੇ ਸ਼ਿਕਾਇਤ ਕੀਤੀ ਸੀ ਵੀ ਇੱਕ ASI ਹਰਜੀਤ ਸਿੰਘ ਨਾਂ ਦਾ ਵਿਅਕਤੀ ਜੋ ਚੁੱਕੀ ਕਿੱਲੇਵਾਲੀ ਵਿਖੇ ਲੱਗਿਆ ਹੋਇਆ ਵੀ ਉਹਦੇ ਖਿਲਾਫ਼ ਮੁਕੱਦਮਾ ਦਰਜ ਜਦੋਂ ਸ਼ਾਮਲ ਤੀਸ਼ ਕਰਨ ਲਈ 10,000 ਰੁਪਏ ਦੀ ਡਿਮਾਂਡ ਕਰ ਰਿਹਾ। ਉਸ ਜਿਹੜੀ ਸ਼ਿਕਾਇਤ ਦੀ ਪੜਤਾਲ ਦੌਰਾਨ ਜਿਹੜੀ ਉਹ ਵੀਡੀਓ ਭੇਜੀ ਗਈ ਸੀ ਉਹਦੀ ਪੜਤਾਲ ਕਰਕੇ ਅਤੇ ਜਿਹੜੇ ਆਪਣੇ DA ਸਾਹਿਬ ਦੀ ਰਾਏ ਲੈ ਕੇ ਕਾਨੂੰਨੀ ਪੱਖ ਦੇ ਆਧਾਰ 'ਤੇ ਜਿਹੜਾ ਮੁਕੱਦਮਾ ਦਰਜ ਕੀਤਾ ਗਿਆ ਹੈ ਜਿਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਇਹ ਮੁਕੱਦਮਾ ਨੰਬਰ 1 ਥਾਣਾ ਵਿਜੀਲੈਂਸ ਬਿਊਰੋ ਬਠਿੰਡਾ ਵਿਖੇ ਦਰਜ ਕੀਤਾ ਗਿਆ ASI ਹਰਜੀਤ ਸਿੰਘ ਨਿਕਲਾ। ਚੰਦ ਪੈਸਿਆਂ ਖਾਤਰ ਖਾਕੀ ਵਰਦੀ 'ਤੇ ਲੱਗੇ ਦਾਗ ਨੇ ਪੁਲਿਸ ਵਿਭਾਗ ਦੀ ਕਾਰਗੁਜ਼ਾਰੀ ਉੱਤੇ ਕਿਤੇ ਨਾ ਕਿਤੇ ਇੱਕ ਵਾਰ ਮੁੜ ਸਵਾਲੀਆ ਨਿਸ਼ਾਨ ਲਗਾ ਦਿੱਤਾ।